ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਛ ਨਾ ਕੁਛ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨ ਆਵੇ। ਮੇਰੀ ਮਾਂ ਨੇ ਮੈਨੂੰ ਆਖਿਆ ਸੀ, ਸਿਆਣੀਆਂ ਕੁੜੀਆਂ ਲੁੱਕ ਲੁੱਕ ਕੇ ਰਹਿੰਦੀਆਂ, ਧੁੱਖ ਧੁੱਖ ਕੇ ਜਿਉਂਦੀਆਂ, ਝੁੱਕ ਝੁੱਕ ਕੇ ਤੁਰਦੀਆਂ, ਨਾ ਉੱਚਾ ਬੋਲਦੀਆਂ ਨਾ ਉੱਚਾ ਹੱਸਦੀਆਂ, ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ, ਬਸ ਧੂੰਏ ਦੇ ਪੱਜ ਰੋਂਦੀਆਂ ਤੇ ਕੰਧਾਂ ਦੇ ਓਲੇ ਘੁੱਗ ਵੱਸਦੀਆਂ। ਕੇ ਕੁੜੀਆਂ ਤਾਂ ਸ਼ਰਮ ਹਯਾ ਦੀਆਂ ਪੁਤਲੀਆਂ ਹੁੰਦੀਆਂ, ਸਿਰ ਢੱਕ ਕੇ ਰੱਖਦੀਆਂ, ਅੱਖ ਉੱਤੇ ਨਹੀਂ ਚੱਕਦੀਆਂ। ਕਿ ਕੁੜੀਆਂ ਤਾਂ ਨਿਰੀਆਂ ਗਊਆਂ ਹੁੰਦੀਆਂ, ਜਿਹੜੇ ਕਿੱਲੇ ਨਾਲ ਬੰਨ ਦੇਵੋ ਬੱਝੀਆਂ ਰਹਿੰਦੀਆਂ, ਇਹ ਬੇਜ਼ਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ। ਮੇਰੀ ਮਾਂ ਦਾ ਆਖਿਆ ਹੋਇਆ ਕੋਈ ਵੀ ਬੋਲ ਮੇਰੇ ਕਿਸੇ ਕੰਮ ਨਾ ਆਇਆ, ਉਸਦਾ ਹਰ ਵਾਕ ਮੇਰੇ ਰਾਹ ਵਿੱਚ ਦੀਵਾਰ ਬਣ ਕੇ ਉਸਰ ਆਇਆ। ਤੇ ਮੈਂ ਆਪਣੀ ਧੀ ਨੂੰ ਸਮਝਾਇਆ, ਤੂੰ ਕਦਮ ਕਦਮ ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀਂ, ਤੂੰ ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀਂ, ਤੂੰ ਆਪਣੇ ਰੁਤਬੇ ਨੂੰ ਇੰਨਾ ਬੁਲੰਦ ਇੰਨਾ ਰੋਸ਼ਨ ਕਰੀਂ ਕਿ ਹਰ ਹਨੇਰਾ ਤੈਨੂੰ ਵੇਖ ਕੇ ਤ੍ਰਪਕ ਜਾਵੇ, ਹਰ ਜ਼ੰਜੀਰ ਤੈਨੂੰ ਵੇਖ ਕੇ ਮੜਕ ਜਾਵੇ, ਹਰ ਦੀਵਾਰ ਤੈਨੂੰ ਵੇਖ ਕੇ ਠਿਠਕ ਜਾਵੇ। ਤੂੰ ਮਾਣ ਨਾਲ ਜਿਉਈ ਮਾਣ ਨਾਲ ਮਰੀ, ਦੀਵਾਰਾਂ ਨਾਲ ਸਮਝੌਤਾ ਹਰ ਕਿਸ ਨਾ ਕਰੀ। ਮੇਰੀ ਧੀ ਵੀ ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ, ਸ਼ਾਇਦ ਇਸ ਤੋਂ ਵੀ ਵੱਧ ਸੋਹਣਾ, ਇਸ ਤੋਂ ਵੀ ਵੱਧ ਮੁਕਤੀ ਅਤੇ ਮੁਹੱਬਤ ਭਰਿਆ। ਕਿਉਂਕਿ ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨ ਆਵੇ। ਅਤੇ ਸ਼ਾਇਦ ਯੁੱਗ ਇੱਦਾਂ ਹੀ ਪਲਟਦੇ ਨੇ, ਹਾਂ ਯੁੱਗ ਇੱਦਾਂ ਹੀ ਪਲਟਦੇ ਨੇ।